ਅੱਜ ਉਹਦੇ ਬਾਰੇ ਦੱਸੋ ਕੀ ਗੱਲਬਾਤ ਹੋਈ ਆ। ਇੱਕ ਉੱਥੇ ਆਪਣਾ ਮੰਡੀ ਦੇ ਸਾਹਮਣੇ ਹੁਣ ਐਕਸੀਡੈਂਟ ਹੋਇਆ, ਉਹਦੇ 2-3 ਗੱਡੀਆਂ ਡੈਮੇਜ ਹੋਈਆਂ, ਇੱਕ ਟਰੈਕਟਰ ਚੱਲਦੀ ਡੈਮੇਜ ਹੋਈ ਹੈ। ਹਾਂਜੀ, ਯੂਪੀ 95 BN ਆ, ਯੂਪੀ ਆ ਇਹਦਾ ਨੰਬਰ, 21 BN 95 ਨੰਬਰ ਹੈ। ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ, ਜਿਹੜਾ ਉੱਥੇ ਮੁਕਦਮਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਹੈ ਅਮਲ ਚ ਲਿਆ ਰਹੀ। ਮਰਾ ਕੌਣ ਹੈ? ਮਰਾ ਮੇਰਾ ਮੁੰਡਾ, ਗਾਇਲ ਮੇਰਾ ਬੇਟੀ, ਦੋਤਰੀ ਗਾਲ ਹੁਆ ਰਾਤੀ ਯਹੀਂ ਤੇ। ਪੁਲਿਸ ਪ੍ਰਸ਼ਾਸਨ ਸੇ ਕਿਆ ਮੰਗ ਕਰਤੇ ਹੋ? ਬਾਬੂ ਬਾਬੂ ਮੈਂ ਇਲਾਜ ਕਰਵਾ ਦਾ, ਕਰਦਾ ਬਾਬੂ ਆਪਣਾ ਜੰਡਿਆਲਾ ਚੌਂਕ ਚ ਤੇ ਟਰੈਕਟਰ ਰੋਂਗ ਸਾਈਡ ਆਉਂਦਿਆ ਸੀ, ਓਹਨੂੰ ਵੇਖ ਕੇ ਮੈਂ ਖਲੋ ਗਿਆ ਤੇ ਜਾਮ ਪੂਰਾ ਲੱਗਾ ਸੀ ਰੋਡ ਦੇ ਉੱਤੇ, ਮਗਰੋਂ ਟਰੱਕ ਵਾਲਾ ਆ ਉਹਦੀ ਬ੍ਰੇਕ ਨੀ ਲੱਗੀ, ਓਹਨੇ ਪਹਿਲਾਂ ਮੇਰੇ ਵਿੱਚ ਮਾਰੀ ਆ, ਫਿਰ ਉਹ ਦੂਸਰੀ ਗੱਡੀ ਆ ਬਲੈਰੋ ਉਹਦੇ ਵਿੱਚ ਮਾਰਿਆ, ਮਤਲਬ ਸੱਪ ਵਾਂਗੂ ਐ ਵੇਲਦਾ ਹੀ ਗਿਆ ਟਰੱਕ ਵਾਲਾ, ਉਹਨੇ ਟਰੱਕ ਖਿਲਾ ਰਿਹਾ ਨੀਗਾ। ਬੰਦੇ ਜ਼ਖਮੀ ਕੋਈ ਨੀ ਹੋਇਆ, ਮਤਲਬ ਮੇਰੇ ਸੱਟ ਲੱਗੀ ਆ ਸਵਾਰੀਆਂ ਬੱਚੀਆਂ, ਅਗਲੇ ਪਾਸੇ ਭਾਜੀ ਇੱਕ ਬੰਦੇ ਦੀ ਡੈਥ ਹੋ ਗਈ ਆ, ਉਹ ਬਲੈਰੋ ਦੇ ਵਿੱਚ ਆਇਆ। ਗਲਤੀ ਕਿਹਦੀ? ਗਲਤੀ ਟਰੱਕ ਵਾਲੇ ਦੀ ਆ ਜਿਹੜਾ ਇਧਰੋਂ ਆਉਂਦੇ ਆ, ਮਤਲਬ ਜਿਹਨੇ ਬ੍ਰੇਕ ਨੀ ਲਾਈ। ਕਿਹੜੀ ਸ਼ਹਿਰ ਤੋਂ ਆਉਂਦੇ ਟਰੱਕ ਵਾਲਾ? ਅੰਮ੍ਰਿਤਸਰ ਵੱਲੋਂ ਬ੍ਰੇਕ ਆਉਂਦਿਆ ਸੀ। ਤੁਸੀਂ ਅੰਮ੍ਰਿਤਸਰੋਂ ਆਉਂਦੇ? ਹਾਂਜੀ, ਮੈਂ ਵੀ ਇੱਧਰੋਂ ਆਉਂਦਿਆ, ਜਾਮ ਲੱਗਾ ਖਲੋ ਗਏ ਹਾਂ। ਹਾਂਜੀ, ਬਸ ਇੰਨਾ।